ਮੋਨ ਰਕੇਸ਼ ਦੀ ਕਹਾਣੀ ਮਲਬੇ ਦਾ ਮਾਲਕ ਪੂਰੇ 7 ਸਾਲ ਦੇ ਬਾਅਦ ਉਹ ਲੋਕ ਲਾਹੌਰ ਤੋਂ ਅਮਰੇ ਸਰਾਈ ਸਨ ਹਾਕੀ ਦਾ ਮੈਚ ਵੇਖਣ ਦਾ ਤਾਂ ਇੱਕ ਬਹਾਨਾ ਹੀ ਸੀ ਉਹਨਾਂ ਨੂੰ ਜ਼ਿਆਦਾ ਚਾ ਉਹਨਾਂ ਘਰਾਂ ਉਹਨਾਂ ਨੂੰ ਜ਼ਿਆਦਾ ਚਾ ਉਹਨਾਂ ਘਰਾਂ ਤੇ ਬਾਜ਼ਾਰਾਂ ਨੂੰ ਮੁੜ ਵੇਖਣ ਦਾ ਸੀ ਜੋ 7 ਸਾਲ ਪਹਿਲਾਂ ਉਹਨਾਂ ਲਈ ਪਰਾਈ ਹੋ ਗਏ ਸਨ ਹਰ ਸੜਕ ਤੇ ਮੁਸਲਮਾਨਾਂ ਦੀ ਕੋਈ ਨਾ ਕੋਈ ਟੋਲੀ ਘੁੰਮਦੀ ਨਜ਼ਰ ਆਉਂਦੀ ਸੀ ਉਹਨਾਂ ਦੀਆਂ ਅੱਖਾਂ ਬੜੇ ਚਾਰ ਨਾਲ ਉਥੀ ਹਰ ਚੀਜ਼ ਨੂੰ ਵੇਖ ਰਹੀਆਂ ਸਨ ਜਿੱਦਾਂ ਕਿ ਉਹ ਸ਼ਹਿਰ ਸਧਾਰਨ ਸ਼ਹਿਰ ਨਾ ਹੋ ਕੇ ਇੱਕ ਖਾਸ ਆਕਰਸ਼ਣ ਕੇਂਦਰ ਹੋਵੇ ਤੰਗ ਬਾਜ਼ਾਰਾਂ ਚੋਂ ਲੰਘਦੇ ਹੋਏ ਇੱਕ ਦੂਜੇ ਨੂੰ ਪੁਰਾਣੀਆਂ ਚੀਜ਼ਾਂ ਦੀ ਯਾਦ ਦਿਵਾ ਰਹੇ ਸਨ ਵੇਖ ਫਤਿਹਦੀਨਾ ਮਿਸ਼ਰੀ ਬਾਜ਼ਾਰ ਚੋਂ ਮਿਸ਼ਰੀ ਦੀਆਂ ਦੁਕਾਨਾਂ ਪਹਿਲਾਂ ਨਾਲੋਂ ਕਿੰਨੀਆਂ ਘਟ ਗਈਆਂ ਨੇ ਉਸ ਨੁੱਕੜ ਤੇ ਪਠਿਆਰਨ ਦੀ ਪੱਠੀ ਸੀ ਜਿੱਥੇ ਹੁਣੇ ਪਾਣ ਵਾਲਾ ਬੈਠਾ ਹੋਇਆ ਹੈ ਇਹ ਨਮਕ ਮੰਡੀ ਵੇਖ ਲਓ ਖਾਨ ਸਾਹਿਬ ਮੋਹੱਦ ਦੇਨਾਬਾਦ ਬਾਜ਼ਾਰਾਂ 'ਚ ਤੁਰਲੇਦਾਰ ਪਗੜੀਆਂ ਤੇ ਲਾਲ ਤੁਰਕੀ ਟੋਪੀਆਂ ਵੇਖਣ ਚਾ ਰਹੀਆਂ ਸਨ ਲਾਹੌਰ ਤੋਂ ਆਏ ਮੁਸਲਮਾਨਾਂ 'ਚ ਜ਼ਿਆਦਾ ਗਿਣਤੀ ਉਹਨਾਂ ਲੋਕਾਂ ਦੀ ਸੀ ਜਿਨ੍ਹਾਂ ਨੂੰ ਬਟਵਾਰੇ ਸਮੇਂ ਮਜਬੂਰ ਹੋ ਕੇ ਅੰਮ੍ਰਿਤਸਰ ਛੱਡ ਕੇ ਜਾਣਾ ਪਿਆ ਸੀ ਸਾਡੇ 7 ਸਾਲਾਂ 'ਚ ਹੋਏ ਸੁਭਾਵਿਕ ਪਰਿਵਰਤਨਾਂ ਨੂੰ ਵੇਖ ਕੇ ਕਦੇ ਤਾਂ ਉਹਨਾਂ ਦੀ ਅੱਖਾਂ 'ਚ ਹੈਰਾਨੀ ਭਰ ਜਾਂਦੀ ਕਦੇ ਅਫਸੋਸ ਕੇ ਰੋਂਦਾਂ ਅੱਲਾ ਕਟੜਾ ਜੈਮਲ ਸਿੰਘ ਐਨਾ ਚੌੜਾ ਕਿਵੇਂ ਹੋ ਗਿਆ ਕਿ ਇਸ ਪਾਸੇ ਦੇ ਸਾਰੇ ਮਕਾਨ ਸੜ ਗਏ ਇਥੇ ਹਕੀਮ ਆਫ ਅਾਸਿਫ ਅਲੀ ਦੀ ਦੁਕਾਨ ਸੀ ਨਾ ਹੁਣ ਇਥੇ ਇੱਕ ਮੋਚੀ ਨੇ ਕਬਜ਼ਾ ਕਰ ਰੱਖਿਆ ਤੇ ਕਿਤੇ ਕਿਤੇ ਇਸ ਤਰ੍ਹਾਂ ਦੇ ਫਿਕਰੇ ਸੁਣ ਪੈਂਦੇ ਬਈ ਇਹ ਮਸਜਿਦ ਉਦਾਂ ਦੀ ਉਦਾਂ ਹੀ ਖੜੀ ਹੈ ਇਹਨਾਂ ਲੋਕਾਂ ਨੇ ਇਹਦਾ ਗੁਰਦੁਆਰਾ ਨਹੀਂ ਬਣਾਇਆ ਤੇ ਜਿਹੜੇ ਰਸਤੇ ਤੋਂ ਵੀ ਪਾਕਿਸਤਾਨੀਆਂ ਦੀ ਟੋਲੀ ਲੰਘਦੀ ਸ਼ਹਿਰ ਦੇ ਲੋਕ ਉਤਸੁਕਤਾ ਨਾਲ ਉਹਨਾਂ ਵੱਲ ਵੇਖਦੇ ਰਹਿੰਦੇ ਕੁਝ ਲੋਕ ਅਜੇ ਵੀ ਮੁਸਲਮਾਨਾਂ ਨੂੰ ਆਉਂਦੇ ਵੇਖ ਕੇ ਡਰਦੇ ਰਸਤੇ ਤੋਂ ਹਟ ਜਾਂਦੇ ਸਨ ਜਦੋਂ ਕਿ ਕਈ ਅੱਗੇ ਵਧ ਕੇ ਉਹਨਾਂ ਨੂੰ ਗਲਵੱਕੜੀ ਪਾ ਕੇ ਮਿਲਦੇ ਜ਼ਿਆਦਾਤਰ ਲੋਕ ਕੌਣ ਵਾਲਿਆਂ ਤੋਂ ਇਹ ਸਵਾਲ ਪੁੱਛਦੇ ਸੀ ਕਿ ਅੱਜ ਕੱਲ੍ਹ ਲਾਹੌਰ ਦਾ ਕੀ ਹਾਲ ਹੈ। ਅਨਾਰਕਲੀ 'ਚ ਹੁਣ ਪਹਿਲਾਂ ਵਰਗੀ ਰੌਣਕ ਹੁੰਦੀ ਹੈ ਕਿ ਨਹੀਂ? ਸੁਣਿਆ ਇਨਸ਼ਾਲਾ ਮਾਰਗੇਟ ਦਾ ਬਾਜ਼ਾਰ ਪੂਰਾ ਨਵਾਂ ਬੜਿਆ ਹੈ। ਕ੍ਰਿਸ਼ਨ ਨਗਰ 'ਚ ਤਾਂ ਕੁਝ ਖਾਸ ਤਬਦੀਲੀ ਨਹੀਂ ਆਈ। ਉੱਥੇ ਰਿਸ਼ਵਤਪੁਰਾ ਵਾਕਈ ਰਿਸ਼ਵਤ ਦੇ ਪੈਸਿਆਂ ਨਾਲ ਬਣਿਆ। ਕਹਿੰਦੇ ਨੇ ਪਾਕਿਸਤਾਨ 'ਚ ਬੁਰਕਾ ਬਿਲਕੁਲ ਉੱਡ ਗਿਆ। ਇਹ ਠੀਕ ਹੈ। ਇਨਾਂ ਸਵਾਲਾਂ 'ਚ ਅਜੇ ਆਪਣਾ ਪੰਚ ਝਲਕਦਾ ਸੀ ਕਿ ਪ੍ਰਤੀਤ ਹੁੰਦਾ ਸੀ ਕਿ ਲਾਹੌਰ ਇੱਕ ਸ਼ਹਿਰ ਨਹੀਂ ਹਜ਼ਾਰਾਂ ਲੋਕਾਂ ਦਾ ਸੱਕਾ ਸੰਬੰਧੀ ਹੈ ਜਿਨ੍ਹਾਂ ਦੇ ਹਾਲਾਤ ਨੂੰ ਜਾਣਨ ਲਈ ਉਤਾਵਲੇ ਹਨ ਲਾਹੌਰ ਤੋਂ ਆਏ ਲੋਕ ਉਸ ਦਿਨ ਸਾਰੇ ਸ਼ਹਿਰ ਦੇ ਮਹਿਮਾਨ ਸਨ ਜਿਨ੍ਹਾਂ ਨੂੰ ਮਿਲ ਕੇ ਤੇ ਗੱਲਾਂ ਕਰਕੇ ਲੋਕਾਂ ਨੂੰ ਖਾਮ-ਖਾ ਖੁਸ਼ੀ ਦਾ ਅਨੁਭਵ ਹੁੰਦਾ ਸੀ ਬਾਜ਼ਾਰ ਬਾਂਸਾ ਅੰਮ੍ਰਿਤਸਰ ਦਾ ਇਕਨਗੋਲਿਆ ਬਾਜ਼ਾਰ ਜੋ ਵੰਡ ਤੋਂ ਪਹਿਲਾਂ ਗਰੀਬ ਮੁਸਲਮਾਨਾਂ ਦੀ ਬਸਤੀ ਸੀ ਉੱਥੇ ਜ਼ਿਆਦਾਤਰ ਬਾਂਸ ਤੇ ਛਤੀਰੀਆਂ ਦੀਆਂ ਹੀ ਦੁਕਾਨਾਂ ਸਨ ਜੋ ਸਾਰੀਆਂ ਦੀਆਂ ਸਾਰੀਆਂ ਇੱਕੋ ਹੀ ਅੱਗ 'ਚ ਸੜਦੀਆਂ ਸਨ। ਬਾਜ਼ਾਰ ਬਾਂਸਾਂ ਦੀ ਅੱਗ ਅੰਮ੍ਰਿਤਸਰ ਦੀ ਸਭ ਤੋਂ ਵੱਧ ਭਿਆਨਕ ਅੱਗ ਸੀ ਜਿਸ ਨਾਲ ਕੁਝ ਸਮੇਂ ਲਈ ਤਾਂ ਸਾਰੇ ਸ਼ਹਿਰ ਦੇ ਸਵਾਹ ਹੋ ਜਾਣ ਦਾ ਹੀ ਖਤਰਾ ਪੈਦਾ ਹੋ ਗਿਆ ਸੀ। ਬਾਜ਼ਾਰ ਬਾਂਸਾਂ ਦੇ ਆਸ-ਪਾਸ ਦੇ ਕਈ ਮਹੱਲਿਆਂ ਨੂੰ ਤਾਂ ਉਹਦੀ ਅੱਗ ਨੇ ਆਪਣੀ ਲਪੇਟ 'ਚ ਲੈ ਹੀ ਲਿਆ ਸੀ। ਫਿਰ ਕਿਸੇ ਤਰ੍ਹਾਂ ਉਹ ਅੱਗ ਤਾਂ ਕਾਬੂ ਚ ਆ ਗਈ। ਪਰ ਉਸ ਵਿੱਚ ਮੁਸਲਮਾਨਾਂ ਦੇ ਇੱਕ ਘਰ ਦੇ ਨਾਲ ਹਿੰਦੂਆਂ ਦੇ ਵੀ 4-4 6-6 ਘਰ ਸਾੜ ਕੇ ਸੁਆਹ ਹੋ ਗਏ। ਹੁਣ 7 ਸਾਲਾਂ 'ਚ ਉਹਨਾਂ ਚੋਂ ਕਈ ਇਮਾਰਤਾਂ ਤਾਂ ਦੁਬਾਰਾ ਖੜੀਆਂ ਹੋਈਆਂ ਸੀ ਪਰ ਥਾਂ-ਥਾਂ ਮਲਬੇ ਦੇ ਢੇਰ ਅੱਜ ਵੀ ਮੌਜੂਦ ਸਨ। ਨਵੀਆਂ ਇਮਾਰਤਾਂ ਦੇ ਦਰਮਿਆਨ ਮਲਬੇ ਦੇ ਢੇਰ ਅੱਜ ਵੀ ਵਾਤਾਵਰਣ ਪੇਸ਼ ਕਰਦੇ ਸਨ। ਬਾਜ਼ਾਰ ਬਾਂਸਾਂ 'ਚ ਉਸ ਦਿਨ ਵੀ ਰੌਣਕ ਨਹੀਂ ਸੀ ਕਿਉਂਕਿ ਉਸ ਬਾਜ਼ਾਰ ਦੇ ਜ਼ਿਆਦਾਤਰ ਲੋਕ ਉਹਨਾਂ ਮਕਾਨਾਂ ਨਾਲ ਹੀ ਸ਼ਹੀਦ ਹੋ ਗਏ ਸਨ। ਤੇ ਜੋ ਬਚ ਕੇ ਚਲੇ ਗਏ ਸੀ ਉਹਨਾਂ 'ਚ ਸ਼ਾਇਦ ਵਾਪਸ ਆਉਣ ਦੀ ਹਿੰਮਤ ਬਾਕੀ ਨਹੀਂ ਸੀ ਸਿਰਫ ਇੱਕ ਦੁਬਲਾ ਪਤਲਾ ਬੁੱਢਾ ਮੁਸਲਮਾਨ ਹੀ ਉਸ ਉਜੜੇ ਸ਼ਹਿਰ 'ਚ ਆਇਆ ਤੇ ਜਿਹੜਾ ਉੱਥੇ ਦੀਆਂ ਨਵੀਆਂ ਤੇ ਸੜੀਆਂ ਇਮਾਰਤਾਂ ਨੂੰ ਵੇਖ ਕੇ ਮਨੋਂ ਭੁੱਲ ਭੁਲਾਈਆਂ 'ਚ ਪੈ ਗਿਆ ਹੋਵੇ ਖੱਬੇ ਪਾਸੇ ਜਾਣ ਵਾਲੀ ਗਲੀ ਦੇ ਕੋਲ ਪੁੱਜ ਕੇ ਉਹਦੇ ਕਦਮ ਮੋੜਨ ਨੂੰ ਉੱਠੇ ਪਰ ਝਿਜਕ ਕੇ ਉੱਥੇ ਖਲੋਤਾ ਰਿਹਾ ਜਿਵੇਂ ਉਹ ਫੈਸਲਾ ਨਾ ਕਰ ਸਕਿਆ ਹੋਵੇ ਕਿ ਘਰ ਉਹੀ ਹੈ ਜਾਂ ਨਹੀਂ ਜਿਹਦੇ 'ਚੋਂ ਜਾਣਾ ਚਾਹੁੰਦਾ ਗਲੀ 'ਚ ਇੱਕ ਪਾਸੇ ਕੁਝ ਬੱਚੇ ਕੀੜੀ ਕਾਡਾ ਖੇਡ ਰਹੇ ਸੀ ਤੇ ਥੋੜੇ ਫਾਸਲੇ ਤੇ ਦੋ ਔਰਤਾਂ ਉੱਚੀ ਆਵਾਜ਼ 'ਚ ਚੀਕਦੀਆਂ ਹੋਈਆਂ ਇੱਕ ਦੂਜੀ ਨੂੰ ਗਾਲ੍ਹਾਂ ਕੱਢ ਰਹੀਆਂ ਸੀ ਸਾਰਾ ਕੁਝ ਬਦਲ ਗਿਆ ਪਰ ਬੋਲੀਆਂ ਨਹੀਂ ਬਦਲੀਆਂ ਵੱਡੇ ਮੁਸਲਮਾਨ ਨੇ ਹੌਲੀ ਆਵਾਜ਼ 'ਚ ਆਪਣੇ ਆਪ ਨੂੰ ਕਿਹਾ ਤੇ ਸੋਟੀ ਦਾ ਆਸਰਾ ਲੈ ਕੇ ਖੜੋਤਾ ਰਿਹਾ ਉਹਦੇ ਗੋਡੇ ਪਜਾਮੇ ਤੋਂ ਬਾਹਰ ਨਿਕਲ ਰਹੇ ਸਨ ਤੇ ਗੋਡਿਆਂ ਤੋਂ ਥੋੜਾ ਉੱਪਰ ਹੀ ਉਹਦੀ ਸ਼ੇਰਵਾਨੀ 'ਚ ਤਿੰਨ ਚਾਰ ਟੱਕੀਆਂ ਲੱਗੀਆਂ ਸਨ ਗਲੀ 'ਚ ਇੱਕ ਬੱਚਾ ਰੋਂਦਾ ਹੋਇਆ ਬਾਹਰ ਨੂੰ ਆ ਰਿਹਾ ਸੀ ਮੁਸਲਮਾਨ ਨੇ ਪੁਚਕਾਰਦੇ ਹੋਏ ਉਹਨੂੰ ਆਪਣੇ ਕੋਲ ਬੁਲਾਇਆ। ਇੱਧਰ ਆ ਪੁੱਤਰ। ਆ ਇੱਧਰ। ਵੇਖ ਤੈਨੂੰ ਚੀਜੀ ਦੇਵਾਂਗਾ। ਆ ਜਾ। ਫਿਰ ਉਹ ਆਪਣੇ ਜੇਬ 'ਚ ਹੱਥ ਪਾ ਕੇ ਉਹਨੂੰ ਦੇਣ ਲਈ ਕੋਈ ਚੀਜ਼ ਲੱਭਣ ਲੱਗ ਪਿਆ। ਬੱਚਾ ਕੁਝ ਪਲਾਂ ਲਈ ਤਾਂ ਚੁੱਪ ਰਿਹਾ ਪਰ ਉਹਨੇ ਫੇਰ ਬੁੱਲ ਟੇਰ ਲਏ ਤੇ ਰੋਣ ਲੱਗ ਪਿਆ। 16-17 ਵਰਿਆਂ ਦੀ ਇੱਕ ਕੁੜੀ ਅੰਦਰੋਂ ਦੌੜਦੀ ਹੋਈ ਆਈ ਤੇ ਬੱਚੇ ਦੀ ਬਾਹ ਫੜ ਕੇ ਉਹਨੂੰ ਕਸੀਟਦੀ ਹੋਈ ਗਲੀ 'ਚੋਂ ਲੈ ਗਈ। ਬੱਚਾ ਰੋਂਦਾ ਰੋਂਦਾ ਆਪਣੇ ਬਾਹ 'ਚੋਂ ਡਾਉਣ ਵਾਸਤੇ ਕੋਸ਼ਿਸ਼ ਕਰਨ ਲੱਗ ਪਿਆ। ਔਰ ਕੁੜੀ ਨੇ ਬਾਂਚ ਚੁੱਕ ਕੇ ਉਹਨੂੰ ਆਪਣੇ ਨਾਲ ਲਾ ਲਿਆ ਤੇ ਉਹਦਾ ਮੂੰਹ ਚੁੰਮਦੀ ਹੋਈ ਬੋਲੀ ਚੁੱਪ ਕਰ ਮੇਰੇ ਵੀਰਿਆ ਜੇ ਰੋਏਂਗਾ ਤਾਂ ਮੁਸਲਮਾਨ ਫੜਕੇ ਲੈ ਜਾਏਗਾ ਮੈਂ ਵਾਰੀ ਜਾਵਾਂ ਚੁੱਪ ਕਰ ਬੁੱਢੇ ਮੁਸਲਮਾਨ ਨੇ ਬੱਚੇ ਨੂੰ ਦੇਣ ਲਈ ਜਿਹੜਾ ਪੈਸਾ ਕਟਿਆ ਸੀ ਉਹਨੂੰ ਦੁਬਾਰਾ ਜੇਬ 'ਚ ਪਾ ਲਿਆ ਸਿਰ ਤੇ ਟੋਪੀ ਲਾ ਉਹਨੇ ਸਿਰ ਨੂੰ ਖੁਰਕਿਆ ਤੇ ਟੋਪੀ ਨੂੰ ਕੱਛ ਜਿਹਾ ਦਬਾ ਲਿਆ ਉਹਦਾ ਗਲਾ ਸੁੱਕ ਰਿਹਾ ਸੀ ਗੋਡੇ ਕੰਮ ਰਹੇ ਸਨ ਉਨੇ ਗਲੀ ਦੇ ਬਾਹਰ ਵਾਲੇ ਬੰਦ ਦੁਕਾਨ ਦੇ ਤਖਤੇ ਦਾ ਸਹਾਰਾ ਲੈ ਲਿਆ ਤੇ ਟੋਪੀ ਦੁਬਾਰਾ ਸਿਰ ਤੇ ਪਾ ਲਈ ਗਲੀ ਦੇ ਸਾਹਮਣੇ ਜਿੱਥੇ ਪਹਿਲਾਂ ਉੱਚੀਆਂ-ਉੱਚੀਆਂ ਸ਼ਤੀਰੀਆਂ ਰੱਖੀਆਂ ਹੁੰਦੀਆਂ ਸਨ ਉੱਥੇ ਹੁਣ ਇੱਕ ਤਿੰਨ ਮੰਜ਼ਲਾ ਮਕਾਨ ਖੜਾ ਸੀ ਸਾਹਮਣੇ ਬਿਜਲੀ ਦੀ ਤਾਰ ਤੇ ਦੋ ਮੋਟੀਆਂ ਡਾਡੀਆਂ ਇLLA ਬਿਲਕੁਲ ਬੇਜਾਨ ਹੋ ਕੇ ਬੈਠੀਆਂ ਸਨ ਬਿਜਲੀ ਦੇ ਖੰਭੇ ਕੋਲ ਥੋੜੀ ਜੀ ਧੁੱਪ ਸੀ ਉਹ ਕਿੰਨੀ ਦੇਰ ਤੋਂ ਪਚੋਟਦੇ ਹੋਏ ਠਣਕਿਆਂ ਨੂੰ ਵਿੰਦਾ ਰਿਹਾ ਤੇ ਫਿਰ ਉਹਦੇ ਮੂੰਹੋਂ ਨਿਕਲਿਆ ਯਾ ਮਾਲਕ ਇੱਕ ਨੌਜਵਾਨ ਚਾਬੀਆਂ ਦਾ ਗੁੱਛਾ ਘਮਾਉਂਦਾ ਹੋਇਆ ਗਲੀ ਵੱਲ ਆਇਆ ਤੇ ਬੁੱਢੇ ਨੂੰ ਉੱਥੇ ਖੜੋਤਾ ਵੇਖ ਕੇ ਉਹਨੇ ਰੁੱਕ ਕੇ ਪੁੱਛਿਆ ਕਹੋ ਮੀਆਂ ਜੀ ਇੱਥੇ ਕਿਵੇਂ ਖੜੇ ਹੋ ਬੁੱਢੇ ਦੀ ਛਾਤੀ ਤੇ ਬਾਹਾਂ 'ਚ ਹਲਕੀ ਜੀ ਕੰਬਣੀ ਹੋਈ ਉਹਨੇ ਬੁੱਲਾਂ ਤੇ ਜੀਭ ਫੇਰ ਕੇ ਨੌਜਵਾਨ ਨੂੰ ਧਿਆਨ ਨਾਲ ਵੇਖਦੇ ਹੋਏ ਪੁੱਛਿਆ ਪੁੱਤਰਾ ਤੇਰਾ ਨਾਂ ਕਿਤੇ ਮਨੋਰੀ ਤਾਂ ਨਹੀਂ ਨੌਜਵਾਨ ਨੇ ਚਾਬੀਆਂ ਦਾ ਗੁੱਛਾ ਹਿਲਾਉਣਾ ਬੰਦ ਕਰਕੇ ਮੁੱਠੇ 'ਚ ਲੈ ਲਿਆ ਹੈਰਾਨੀ ਨਾਲ ਪੁੱਛਿਆ ਤੁਹਾਨੂੰ ਮੇਰੇ ਨਾਂ ਦਾ ਕਿਵੇਂ ਪਤਾ ਲੱਗਾ ਸਾਢੇ 7 ਸਾਲ ਪਹਿਲਾਂ ਤੂੰ ਇੰਨਾ ਜਿਆ ਸੀ ਪੁੱਤਰਾ ਕਹਿ ਕੇ ਬੁੱਢੇ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਅੱਜ ਪਾਕਿਸਤਾਨ ਤੋਂ ਆਏ ਹੋ ਮਨੋਰੀ ਨੇ ਪੁੱਛਿਆ ਹਾਂ ਪਰ ਪਹਿਲਾਂ ਅਸੀਂ ਇਸੇ ਗਲੀ 'ਚ ਰਹਿੰਦੇ ਸੀ ਬੁੱਢੇ ਨੇ ਕਿਹਾ ਮੇਰਾ ਲੜਕਾ ਚਿਰਾਗਦੀਨ ਤੁਹਾਡੇ ਲੋਕਾਂ ਦਾ ਦਰਜੀ ਸੀ ਵੰਡ ਤੋਂ 6 ਮਹੀਨੇ ਪਹਿਲਾਂ ਇੱਥੇ ਅਸੀਂ ਆਪਣਾ ਘਰ ਬਣਾਇਆ ਸੀ ਉਹ ਗਨੀਮੀਆਂ ਮਨੋਰੀ ਨੇ ਪਛਾਣ ਕੇ ਕਿਹਾ ਹਾਂ ਪੁੱਤਰ ਮੈਂ ਤੁਹਾਡਾ ਗਨੀਮੀਆਂ ਚਿਰਾਗ ਤੇ ਬੀਬੀ ਬੱਚੇ ਤਾਂ ਨਹੀਂ ਮਿਲ ਸਕਦੇ ਪਰ ਮੈਂ ਸੋਚਿਆ ਇੱਕ ਵਾਰ ਮਕਾਨ ਦੀ ਸੂਰਤ ਤਾਂ ਵੇਖ ਲਵਾਂ ਤੇ ਉਹਨੇ ਟੋਪੀ ਲਾ ਕੇ ਸਿਰ ਤੇ ਹੱਥ ਫੇਰਦੇ ਹੋਏ ਨੇ ਹੰਝੂਆਂ ਨੂੰ ਬਹਾਨੇ ਨਾਲ ਢੱਕਿਆ ਤੁਸੀਂ ਤਾਂ ਸ਼ਾਇਦ ਕਾਫੀ ਪਹਿਲੋਂ ਹੀ ਇੱਥੋਂ ਚਲੇ ਗਏ ਸੀ ਮਨੋਰੀ ਨੇ ਆਵਾਜ਼ 'ਚ ਹਮਦਰਦੀ ਭਰ ਕੇ ਆਖਿਆ ਹਾਂ ਪੁੱਤਰ ਮੇਰੀ ਬਦਕਿਸਮਤੀ ਸੀ ਕਿ ਮੈਂ ਕੱਲਾ ਨਿਕਲ ਕੇ ਚਲਾ ਗਿਆ ਇੱਥੇ ਰਹਿੰਦਾ ਤਾਂ ਉਹਨਾਂ ਦੇ ਨਾਲ ਮੈਂ ਵੀ ਕਹਿੰਦੇ-ਕਹਿੰਦੇ ਉਹਨੂੰ ਅਹਿਸਾਸ ਹੋ ਗਿਆ ਕਿ ਉਹਨੂੰ ਅਜੇ ਹੀ ਗੱਲ ਨਹੀਂ ਕਰਨੀ ਚਾਹੀਦੀ ਉਨੇ ਗੱਲ ਮੂੰਹ 'ਚ ਹੀ ਰੋਕ ਲਈ ਪਰ ਅੱਖਾਂ 'ਚ ਆਏ ਹੰਝੂਆਂ ਨੂੰ ਵਗ ਜਾਣ ਦਿੱਤਾ ਛੱਡੋ ਗਨੀ ਸਾਹਿਬ ਹੁਣ ਬੀਤੀਆਂ ਗੱਲਾਂ ਨੂੰ ਸੋਚਣ 'ਚ ਕੀ ਰੱਖਿਆ ਮਨੋਰ ਨੇ ਗਨੀ ਦੀ ਬਾਹ ਫੜ ਕੇ ਕਿਹਾ ਆਓ ਤੁਹਾਨੂੰ ਆਪਣਾ ਘਰ ਵਖਾ ਦੇਵਾਂ ਗਲੀ 'ਚ ਖਬਰ ਇਸ ਰੂਪ 'ਚ ਫੈਲੀ ਕਿ ਗਲੀ ਦੇ ਬਾਹਰ ਜੋ ਮੁਸਲਮਾਨ ਖੜਾ ਹੈ ਉਹ ਰਾਮਦਾਸੀਆਂ ਦੇ ਮੁੰਡੇ ਨੂੰ ਚੁੱਕਣ ਲੱਗਾ ਸੀ ਤੇ ਉਹਦੀ ਭੈਣ ਉਹਨੂੰ ਫੜ ਕੇ ਕਸੀਟ ਕੇ ਅੰਦਰ ਲੈ ਗਈ ਨਹੀਂ ਤਾਂ ਮੁਸਲਮਾਨ ਉਹਨੂੰ ਲੈ ਗਿਆ ਹੁੰਦਾ ਇਹ ਖਬਰ ਮਿਲਦੇ ਸਾਰ ਜਿਹੜੀਆਂ ਜਨਾਨੀਆਂ ਗਲੀ 'ਚ ਢੀੜੇ ਢਾ ਕੇ ਬੈਠੀਆਂ ਸੀ ਉਹ ਆਪਣੇ ਆਪਣੇ ਢੀੜੇ ਚੁੱਕ ਕੇ ਘਰਾਂ ਅੰਦਰ ਜਾਵੜੀਆਂ ਗਲੀ 'ਚ ਖੇਡ ਰਹੇ ਬੱਚਿਆਂ ਨੂੰ ਵੀ ਇਹਨਾ ਔਰਤਾਂ ਨੇ ਆਵਾਜ਼ਾਂ ਦੇ ਦੇ ਕੇ ਅੰਦਰ ਹੀ ਬੁਲਾ ਲਿਆ ਮਨੋਰੀ ਜਦ ਗਨੀ ਨੂੰ ਲੈ ਕੇ ਗਲੀ 'ਚ ਆਇਆ ਤਾਂ ਉੱਥੇ ਇੱਕ ਫੇਰੀ ਵਾਲਾ ਰਹਿ ਗਿਆ ਸੀ ਜੋ ਖੂਬ ਦੇ ਲਾਗੇ ਉੱਗੀ ਪਿੱਪਲ ਹੇਠ ਰੱਖਾ ਪਲਵਾਨ ਆਰਮਨਾਲ ਸੁੱਤਾ ਸੀ ਘਰਾਂ ਦੀਆਂ ਖਿੜਕੀਆਂ 'ਚੋਂ ਤੇ ਦਰਵਾਜ਼ਿਆਂ ਦੀ ਓਟ 'ਚ ਹੁਣ ਕਈ ਚਿਹਰੇ ਝਾਤੀਆਂ ਮਾਰਦੇ ਸਨ ਗਨੀ ਨੂੰ ਗਲੀ 'ਚ ਆਉਂਦੇ ਵੇਖ ਉਨਾਂ 'ਚ ਹਲਕੀ ਜਿਹੀ ਕੁਸਰਮੁਸਰ ਸ਼ੁਰੂ ਹੋ ਗਈ। ਦਾੜੀ ਦੇ ਸਾਰੇ ਵਾਲ ਚਿੱਟੇ ਹੋਣ ਦੇ ਬਾਵਜੂਦ ਲੋਕਾਂ ਨੇ ਚਿਰਾਗਦੀਨ ਦੇ ਬਾਪ ਅਬਦੁਲ ਗਨੀ ਨੂੰ ਪਛਾਣ ਲਿਆ ਸੀ। ਉਹ ਤੁਹਾਡਾ ਮਕਾਨ ਸੀ। ਮਨੋਰੀ ਨੇ ਦੂਰੋਂ ਇੱਕ ਮਲਬੇ ਦੇ ਢੇਰ ਵੱਲ ਇਸ਼ਾਰਾ ਕੀਤਾ। ਗਨੀ ਕੁਝ ਪਲਾਂ ਲਈ ਖਲੋ ਕੇ ਫਟੀਆਂ-ਫਟੀਆਂ ਅੱਖਾਂ ਨਾਲ ਉਸ ਵੱਲ ਉਸ ਘਰ ਵੱਲ ਵੇਖਦਾ ਰਿਹਾ। ਚਿਰਾਗ ਤੇ ਉਹਦੀ ਬੀਬੀ ਬੱਚਿਆਂ ਦੀ ਮੌਤ ਨੂੰ ਬਹੁਤ ਸਮਾਂ ਪਹਿਲਾਂ ਵੀ ਮਨਜ਼ੂਰ ਕਰ ਚੁੱਕਿਆ ਸੀ। ਪਰ ਆਪਣੇ ਨਵੇਂ ਮਕਾਨ ਨੂੰ ਇਸ ਰੂਪ ਚ ਵੇਖ ਕੇ ਉਹਨੂੰ ਜੋ ਝੁੰਚਣੀ ਛਿੜੀ ਉਹਦੇ ਲਈ ਉਹ ਤਿਆਰ ਨਹੀਂ ਸੀ। ਉਹਦੀ ਜ਼ੁਬਾਨ ਪਹਿਲਾਂ ਨਾਲੋਂ ਜ਼ਿਆਦਾ ਖੁਸ਼ਕ ਹੋ ਗਈ। ਗੋਡੇ ਕੰਬਣ ਲੱਗੇ। "ਔ ਮਲਬਾ" ਉਹਨੇ ਗੈਰ ਯਕੀਨੀ ਆਵਾਜ਼ ਤੋਂ ਪੁੱਛਿਆ। ਨੋਰੀ ਨੇ ਉਹਦੇ ਚਿਹਰੇ ਦਾ ਬਦਲਿਆ ਰੰਗ ਵੇਖਿਆ। ਉਹਨੇ ਉਹਦੀ ਬਾਹ ਨੂੰ ਹੋਰ ਸਹਾਰਾ ਦੇ ਕੇ ਗੰਭੀਰ ਆਵਾਜ਼ ਚ ਉੱਤਰ ਦਿੱਤਾ ਤੁਹਾਡਾ ਮਕਾਨ ਉਹਨੀ ਦਿਨੀ ਸੜ ਗਿਆ ਸੀ। ਗਨੀ ਸੋਟੀ ਦਾ ਸਹਾਰਾ ਲੈਂਦਾ ਹੋਇਆ ਕਿਸੇ ਤਰ੍ਹਾਂ ਮਲਬੇ ਵਿੱਚ ਹੁਣ ਮਿੱਟੀ-ਮਿੱਟੀ ਸੀ ਜਿਸ ਵਿੱਚ ਕਿਤੇ-ਕਿਤੇ ਟੁੱਟੀਆਂ ਸੜੀਆਂ ਇੱਟਾਂ ਫਸੀਆਂ ਹੋਈਆਂ ਸਨ ਲੋਹੇ ਤੇ ਲੱਕੜੀ ਦਾ ਸਮਾਨ ਪਤਾ ਨਹੀਂ ਕਦੋਂ ਦਾ ਕੱਟ ਲਿਆ ਗਿਆ ਸੀ ਸਿਰਫ ਟੁੱਟੇ ਹੋਏ ਦਰਵਾਜ਼ੇ ਦੀ ਝੁਗਾਟ ਨਾ ਜਾਣੀ ਕਿਵੇਂ ਬਚੀ ਰਹੀ ਸੀ ਜਿਹੜੀ ਮਲਬੇ ਤੋਂ ਬਾਹਰ ਨਿਕਲੀ ਹੋਈ ਸੀ ਤੇ ਜਿਹਦੀ ਕਾਲਖ ਤੇ ਹੁਣ ਸਫੈਦੀ ਦੀ ਹਲਕੀ-ਹਲਕੀ ਤ ਹੈ ਉੱਪਰ ਆਈ ਸੀ ਮਲਬੇ ਨੂੰ ਨੇੜਿਓਂ ਵੇਖ ਕੇ ਗਨੀ ਨੇ ਆਖਿਆ ਇਹ ਰਹਿ ਗਿਆ ਹੈ ਇਹ ਜਿਵੇਂ ਉਹਦੇ ਗੁੱਡੇ ਜਵਾਬ ਦੇ ਗਏ ਉਹ ਸੜੀ ਹੋਈ ਚੁਗਾਠ ਨੂੰ ਫੜ ਕੇ ਬਹਿ ਗਿਆ ਇੱਕ ਦੋ ਪਲਾਂ ਪਿੱਛੋਂ ਦਾ ਸਿਰ ਵੀ ਚੁਗਾਠ ਨਾਲ ਜਾ ਲੱਗਿਆ ਤੇ ਉਹਦੇ ਮੂੰਹੋਂ ਹੌਲੀ ਜਿਹੀ ਆਵਾਜ਼ ਨਿਕਲੀ ਓਏ ਚਿਰਾਗ ਦੀਨਾ ਸੜੇ ਹੋਏ ਬੂਏ ਦੀ ਚੁਗਾਠ ਸਾਡੇ 7 ਸਾਲ ਮਲਬੇ ਚ ਸਿਰ ਕੱਢੀ ਖਲੋਤੀ ਤਾਂ ਰਹੀ ਪਰ ਉਹਦੀ ਲੱਕੜ ਬੁਰੀ ਤਰ੍ਹਾਂ ਪੁਰਪਰਾ ਗਈ ਸੀ ਗਨੀ ਦੇ ਸਿਰ ਛੋਣ ਨਾਲ ਚੁਗਾਠ ਦੇ ਕਈ ਰੇਸ਼ੇ ਉਹਦੀ ਟੋਪੀ ਤੇ ਵਾਲਾਂ ਤੇ ਡਿੱਗ ਪਏ ਲੱਕੜੀ ਦੇ ਰੇਸ਼ਿਆਂ ਨਾਲ ਇੱਕ ਗੰਡੂਆ ਵੀ ਥੱਲੇ ਆ ਡਿੱਗ ਗਿਆ ਜੋ ਗਨੀ ਦੇ ਪੈਰ ਤੋਂ 7-8 ਇੰਚ ਦੂਰ ਨਾਲੀ ਦੇ ਨਾਲ ਬਣੀ ਇੱਟਾਂ ਦੀ ਪੱਟੜੀ ਤੇ ਸਰਸਰਾਨ ਲੱਗ ਪਿਆ ਉਹ ਆਪਣੇ ਲਈ ਸੁਰਾਖ ਲੱਭਦਾ ਹੋਇਆ ਥੋੜਾ ਜਿਹਾ ਸਿਰ ਚੁੱਕਦਾ ਫਿਰ ਇੱਕ ਦੋ ਵਾਰ ਸਿਰ ਪਟਕਣ ਤੋਂ ਬਾਅਦ ਨਿਰਾਸ਼ ਹੋ ਕੇ ਦੂਜੇ ਪਾਸੇ ਨੂੰ ਮੁੜ ਜਾਂਦਾ ਖਿੜਕੀਆਂ ਵਿੱਚੋਂ ਝਾਕਣ ਵਾਲੇ ਚਿਹਰਿਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਗਈ ਸੀ ਉਹਨਾਂ ਚ ਚਰਚਾ ਚੱਲ ਰਹੀ ਸੀ ਕਿ ਅੱਜ ਕੁਝ ਨਾ ਕੁਝ ਜ਼ਰੂਰ ਹੋਏਗਾ ਚਿਰਾਗਦੀਨ ਦਾ ਬਾਪ ਗਨੀ ਆ ਗਿਆ ਹੈ ਇਸ ਲਈ ਸਾਡੇ 7 ਸਾਲ ਪਹਿਲਾਂ ਦੀ ਸਾਰੀ ਘਟਨਾ ਅਚ ਖੁੱਲ ਜਾਏਗੀ ਧੰਨਵਾਦ ਚਲਦਾ